ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਪੰਜਾਬੀ ਵਿਆਕਰਨ ਜਿਹੜੀ ਆਪਾਂ ਸ਼ੁਰੂ ਕੀਤੀ ਹੋਈ ਸੀ, ਇਸ ਤੋਂ ਪਹਿਲਾਂ ਤਿੰਨ ਪਾਰਟ ਨੇ, ਤਿੰਨ ਭਾਗ ਆਪਾਂ ਕਰ ਚੁੱਕੇ ਹਾਂ। ਚੌਥੇ ਭਾਗ ਦੇ ਵਿੱਚ ਹੋਰ ਕੁਐਸਚਨ ਕਰਾਂਗੇ। ਇਸ ਤੋਂ ਪਹਿਲਾਂ ਆਪਾਂ 59 ਕੁਐਸਚਨ ਜਿਹੜੇ ਨੇ ਉਹ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ। ਜਿਹੜੇ ਵਿਦਿਆਰਥੀ ਨਏ ਨੇ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ PSTET ਦੀ, ਮਾਸਟਰ ਕਾਡਰ ਦੀ ਔਰ CTET ਦੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ। ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਇਸ ਦੇ ਸਿਲੇਬਸ ਦੇ ਨਾਲ PSTET, CTET ਅਤੇ ਮਾਸਟਰ ਕਾਡਰ ਦੇ ਨਾਲ ਮਿਲ ਜਾਣਗੀਆਂ ਤੁਹਾਨੂੰ। ਔਰ ਜਿਹੜੇ ਵਿਦਿਆਰਥੀ ਹੋਰ ਕਿਸੇ ਇਗਜ਼ਾਮ ਦੀ ਵੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਬਹੁਤ ਸਾਰੀਆਂ ਐਸੀਆਂ ਵੀਡੀਓ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਉਹ ਪ੍ਰੈਪਰੇਸ਼ਨ ਆਪਣੀ ਕਰ ਸਕਦੇ ਨੇ। ਜਿਵੇਂ ਕਿ ਪੰਜਾਬੀ ਵਿਆਕਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਵਿੱਚ ਹੋਣ ਵਾਲੇ ਹਰੇਕ ਪੇਪਰ ਲਈ ਇਹ ਜ਼ਰੂਰੀ ਹੈ। ਸੋ ਗੱਲ ਕਰਦੇ ਹਾਂ ਅੱਜ ਨੈਕਸਟ ਕੁਐਸਚਨ ਦੀ। ਪ੍ਰਸ਼ਨ ਨੰਬਰ ਆਪਣਾ 60 ਹੈ ਜੀ, ਉਚਾਰਨ ਢੰਗ ਤੋਂ ਕੀ ਭਾਵ ਹੈ। ਇਸ ਤੋਂ ਪਹਿਲਾਂ ਆਪਾਂ ਪੰਜਾਬੀ ਧੁਨੀਆਂ ਦੀ ਜਿਹੜੀ ਵੰਡ ਕੀਤੀ ਸੀ, ਖੰਡੀ ਧੁਨੀਆਂ, ਅਖੰਡੀ ਧੁਨੀਆਂ, ਔਰ ਉਸ ਤੋਂ ਬਾਅਦ ਉਚਾਰਨ ਸਥਾਨ ਦੇ ਆਧਾਰ 'ਤੇ ਜਿਹੜੀ ਵੰਡ ਕੀਤੀ ਸੀ, ਜਿਵੇਂ ਕਿਹੜੀਆਂ ਹੋਂਠੀ ਧੁਨੀਆਂ ਨੇ, ਕਿਹੜੀਆਂ ਦੰਤੀ ਨੇ, ਕਿਹੜੀਆਂ ਉਲਟ ਜੀਭੀ ਨੇ, ਔਰ ਕਿਹੜੀਆਂ ਤਾਲਵੀ ਕੰਠੀ, ਔਰ ਕਿਹੜੀਆਂ ਸੁਰਯੰਤਰੀ ਨੇ, 6 ਤਰ੍ਹਾਂ ਦੀ ਜਿਹੜੀ ਵੰਡ ਹੈ ਉਚਾਰਨ ਸਥਾਨ ਦੇ ਹਿਸਾਬ ਦੇ ਨਾਲ ਪੰਜਾਬੀ ਵਿਅੰਜਨਾਂ ਦੀ ਕੀਤੀ ਗਈ ਹੈ। ਔਰ ਉਸ ਤੋਂ ਬਾਅਦ ਆਪਾਂ ਅੱਜ ਕਰਾਂਗੇ ਉਚਾਰਨ ਢੰਗ ਦੇ ਆਧਾਰ 'ਤੇ ਫਿਰ ਇਹਨਾਂ ਦੀ ਅੱਗੇ ਵੰਡ ਕੀਤੀ ਗਈ ਹੈ। ਤਾਂ ਉਚਾਰਨ ਢੰਗ ਤੋਂ ਕੀ ਭਾਵ ਹੈ, ਵਿਅੰਜਨਾਂ ਦੀ ਵਰਗ ਵੰਡ ਦਾ ਇਹ ਦੂਸਰਾ ਆਧਾਰ ਹੈ। ਪਹਿਲਾ ਆਧਾਰ ਸੀ ਉਚਾਰਨ ਸਥਾਨ, ਦੂਸਰਾ ਆਧਾਰ ਹੈ ਉਚਾਰਨ ਢੰਗ। ਫੇਫੜਿਆਂ ਤੋਂ ਆ ਰਹੀ ਪੌਣ ਧਾਰਾ ਨੂੰ ਉਚਾਰਨ ਸਥਾਨ ਉੱਤੇ ਜਿਸ ਢੰਗ ਨਾਲ ਰੋਕ ਕੇ ਛੱਡਿਆ ਜਾਂਦਾ ਉਸਨੂੰ ਉਚਾਰਨ ਵਿਧੀ ਜਾਂ ਉਚਾਰਨ ਢੰਗ ਕਿਹਾ ਜਾਂਦਾ ਹੈ। ਸੋ ਇਸ ਤੋਂ ਪਹਿਲਾਂ ਉਚਾਰਨ ਸਥਾਨ ਸੀ ਕਿ ਕਿਹੜੇ ਅੰਗਾਂ ਦਾ ਉਚਾਰ ਕੀਤਾ ਜਾਂਦਾ, ਜਿਵੇਂ ਪੱਪਾ, ਜਿਵੇਂ ਆਪਾਂ ਬੋਲਣ ਲੱਗਿਆਂ ਹੋਠਾਂ ਦਾ ਇਸਤੇਮਾਲ ਹੁੰਦਾ, ਬੁੱਲ੍ਹਾਂ ਦਾ ਇਸਤੇਮਾਲ ਹੁੰਦਾ। ਜਦੋਂ ਆਪਾਂ ਦੱਤਾ ਜਾਂ ਤੱਤਾ ਬੋਲਦੇ ਹਾਂ ਤਾਂ ਸਾਡੀ ਜਿਹੜੀ ਜੀਭ ਹੈ ਉਹ ਦੰਦਾਂ ਨਾਲ ਲੱਗਦੀ, ਇਸ ਕਰਕੇ ਇਹਨੂੰ ਦੰਤੀ ਧੁਨੀ ਕਿਹਾ ਗਿਆ ਦੱਦੇ ਨੂੰ, ਔਰ ਪੱਪੇ ਨੂੰ ਜਿਹੜਾ ਹੋਂਠੀ ਧੁਨੀ ਕਿਹਾ। ਇਸੇ ਤਰ੍ਹਾਂ ਜਦੋਂ ਪੌਣ ਧਾਰਾ ਹਵਾ ਆਉਂਦੀ ਹੈ ਔਰ ਉਚਾਰਨ ਸਥਾਨ ਦੇ ਉੱਤੇ ਕਿਸ ਢੰਗ ਨਾਲ ਰੋਕ ਕੇ ਛੱਡੀ ਜਾਂਦੀ ਹੈ ਉਸ ਨੂੰ ਜਿਹੜਾ ਉਚਾਰਨ ਵਿਧੀ ਜਾਂ ਉਚਾਰਨ ਢੰਗ ਕਿਹਾ ਜਾਂਦਾ। ਔਰ ਇਸ ਦੇ ਆਧਾਰ 'ਤੇ ਅੱਗੇ ਜਿਹੜੀ ਪੰਜਾਬੀ ਵਿਅੰਜਨਾਂ ਦੀ ਵੰਡ ਉਹ ਕੀਤੀ ਗਈ। ਕੁਐਸਚਨ ਨੰਬਰ ਮਾਰਾ ਆਪਣਾ ਹੈਗਾ ਜੀ 61, ਉਚਾਰਨ ਵਿਧੀ ਅਨੁਸਾਰ ਪੰਜਾਬੀ ਵਿਅੰਜਨਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ। ਉਚਾਰਨ ਵਿਧੀ ਦੇ ਆਧਾਰ 'ਤੇ ਪੰਜਾਬੀ ਵਿਅੰਜਨਾਂ ਨੂੰ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਢੱਕਵੇਂ ਵਿਅੰਜਨ ਅਤੇ ਅਢੱਕਵੇਂ ਵਿਅੰਜਨ। ਪ੍ਰਸ਼ਨ ਨੰਬਰ 62 ਹੈ ਜੀ, ਢੱਕਵੇਂ ਵਿਅੰਜਨ ਕਿਹੜੇ ਹੁੰਦੇ ਹਨ। ਇਸ ਦਾ ਉੱਤਰ ਹੈ ਜੀ, ਢੱਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆ ਰਹੀ ਪੌਣ ਧਾਰਾ, ਜਿਵੇਂ ਢੱਕਵਾਂ ਸ਼ਬਦ ਹੈ, ਢੱਕਣਾ ਕਿਸੇ ਚੀਜ਼ ਨੂੰ ਰੋਕਣਾ, ਤਾਂ ਉਸੇ ਤਰ੍ਹਾਂ ਹੀ ਜਿਹੜੀ ਫੇਫੜਿਆਂ 'ਚੋਂ ਆ ਰਹੀ ਪੌਣ ਧਾਰਾ ਇੱਕਦਮ ਰੁਕ ਕੇ, ਯਾਨੀ ਕਿ ਡਕੀਚ ਕੇ ਕਹਿ ਸਕਦੇ ਹਾਂ ਆਪਾਂ, ਡੱਕ ਕੇ ਅੱਗੇ ਬਾਹਰ ਨੂੰ ਆਉਂਦੀ ਹੈ। ਇਸ ਤਰ੍ਹਾਂ ਉਚਰਿਤ ਹੋਣ ਵਾਲੇ ਵਿਅੰਜਨਾਂ ਨੂੰ ਢੱਕਵੇਂ ਵਿਅੰਜਨ ਕਿਹਾ ਜਾਂਦਾ ਹੈ। ਸੋ ਅਜਿਹੇ ਵਿਅੰਜਨ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੀ ਫੇਫੜਿਆਂ ਦੇ ਵਿੱਚੋਂ ਹਵਾ ਆ ਰਹੀ ਹੈ, ਪੌਣ ਧਾਰਾ ਆ ਰਹੀ ਹੈ, ਇੱਕਦਮ ਡੱਕੀ ਜਾਂਦੀ ਹੈ, ਰੁਕ ਜਾਂਦੀ ਹੈ, ਉਸ ਨੂੰ ਜਿਹੜਾ ਉਹ ਢੱਕਵੇਂ ਵਿਅੰਜਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ ਆਪਣਾ 63 ਹੈ ਜੀ, 61 ਨੰਬਰ, ਪੰਜਾਬੀ ਵਿੱਚ ਕਿੰਨੇ ਢੱਕਵੇਂ ਵਿਅੰਜਨ ਹਨ। ਤਾਂ ਇਹਦਾ ਉੱਤਰ ਹੈ ਜੀ, 15 ਢੱਕਵੇਂ ਵਿਅੰਜਨ ਨੇ। ਔਰ ਇਹਨਾਂ ਨੂੰ ਯਾਦ ਕਰਨ ਦਾ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਕਿ ਜਿਹੜੀ ਪਹਿਲੀ ਲਾਈਨ ਹੈ ਊੜੇ ਐੜੇ ਵਾਲੀ ਆਪਾਂ ਬਿਲਕੁਲ ਛੇੜਨੀ ਨਹੀਂ ਹੈਗੀ, ਕਿਉਂਕਿ ਊੜਾ ਐੜਾ ਅਤੇ ਈੜੀ ਸਵਾਰ ਨੇ, ਉਸਦੇ ਸੰਬੰਧੀ ਵੀ ਆਪਾਂ ਡਿਸਕਸ ਲਾਸਟ ਵੀਡੀਓ 'ਚ ਕਰ ਚੁੱਕੇ ਹਾਂ, ਕਿਹੜੇ ਗੁਲਾਈਦਾਰ ਨੇ, ਕਿਹੜੇ ਗੁਲਾਈ ਰਹਿਤ ਨੇ, ਉਹ ਸਾਰੀ ਲਾਸਟ ਵੀਡੀਓ 'ਚ ਆਪਾਂ ਨੂੰ ਇਨਫੋਰਮੇਸ਼ਨ ਉਹ ਮਿਲ ਜਾਏਗੀ। ਸੱਸਾ ਅਤੇ ਹਾਹਾ ਕਿਹੜੀਆਂ ਧੁਨੀਆਂ ਨੇ ਉਹ ਵੀ ਆਪਾਂ ਕਲੀਅਰ ਜਿਹੜਾ ਉਹ ਕਰ ਚੁੱਕੇ ਹਾਂ। ਤਾਂ ਗੱਲ ਕਰਨੀ ਆਪਾਂ ਕੱਕੇ ਤੋਂ, ਕੱਕਾ, ਖੱਖਾ, ਗੱਗਾ, ਯਾਨੀ ਕਿ ਕ ਵਰਗ ਦੇ ਪਹਿਲੇ 3 ਅੱਖਰ, ਚ ਵਰਗ ਦੇ ਪਹਿਲੇ 3 ਅੱਖਰ, ਟ ਵਰਗ ਦੇ ਪਹਿਲੇ 3 ਅੱਖਰ, ਤ ਵਰਗ ਦੇ, ਤੱਤਾ ਵਰਗ ਦੇ ਪਹਿਲੇ 3 ਅੱਖਰ, ਔਰ ਪੱਪਾ ਵਰਗ ਦੇ ਪਹਿਲੇ 3 ਅੱਖਰ, ਇਹ 15 ਜਿਹੜੇ ਨੇ ਇਹ ਢੱਕਵੇਂ ਵਿਅੰਜਨ ਹਨ। ਕੁਐਸਚਨ ਕਿਵੇਂ ਪੁੱਛਿਆ ਜਾਂਦਾ ਕਿ ਜਿਵੇਂ ਆਪਾਂ ਨੂੰ ਆਪਸ਼ਨ ਦੇ ਕੇ 4 ਦੀ ਉਹਦੇ ਵਿੱਚ ਜਿਵੇਂ ਖੱਖਾ ਆ ਜਾਵੇ ਵੀ ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਉਹ ਢੱਕਵਾਂ ਵਿਅੰਜਨ ਹੈ, ਉਹ ਵੀ ਇੱਕ ਵੀਡੀਓ ਤਿਆਰ ਕਰਾਂਗੇ ਆਪਸ਼ਨ ਵਾਲੀ ਵੀ, ਤਾਂ ਕਿ ਆਪਣੇ ਜਿਹੜੇ ਕੁਐਸਚਨ ਨੇ ਹੋਰ ਉਹ ਕਲੀਅਰ ਹੋ ਜਾਣ। ਔਰ ਇਹ ਜਿਹੜੇ ਨੇ ਪਹਿਲੇ ਕੱਕਾ ਵਰਗ, ਚੱਚਾ ਵਰਗ, ਟੈਂਕਾ ਵਰਗ, ਤੱਤਾ ਵਰਗ ਅਤੇ ਪੱਪਾ ਵਰਗ ਦੇ ਪਹਿਲੇ ਜਿਹੜੇ 3 ਅੱਖਰ ਨੇ ਉਹ ਕੀ ਨੇ, ਢੱਕਵੇਂ ਵਿਅੰਜਨ ਹਨ। ਅੱਗੇ ਹੈ ਜੀ ਪ੍ਰਸ਼ਨ ਨੰਬਰ 64, ਘੋਸ਼ਤਾ ਦਾ ਸੰਬੰਧ ਕਿਸ ਨਾਲ ਹੈ। ਤਾਂ ਇਸਦਾ ਉੱਤਰ ਹੈ, ਘੋਸ਼ਦਾ ਦਾ ਸੰਬੰਧ ਸੁਰ ਤੰਦਾਂ ਦੀ ਕੰਬਾਹਟ ਨਾਲ ਹੈ। ਸੁਰ ਤੰਦਾਂ ਨਾਲ ਜਿਹੜੀ ਤੰਦਾਂ ਦੇ ਵਿੱਚ ਜਿਹੜੀ ਕੰਬਾਹਟ ਪੈਦਾ ਹੁੰਦੀ ਹੈ, ਕੰਪਨ ਪੈਦਾ ਹੁੰਦੀ ਹੈ, ਉਸ ਨੂੰ ਉਸਦਾ ਜਿਹੜਾ ਸੰਬੰਧ ਹੈ ਉਹ ਘੋਸ਼ਤਾ ਨਾਲ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 65, ਘੋਸ਼ਤਾ ਦੇ ਆਧਾਰ 'ਤੇ ਢੱਕਵੇਂ ਵਿਅੰਜਨਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ। ਤਾਂ ਇਸਦਾ ਉੱਤਰ ਹੈ, 2 ਭਾਗਾਂ ਵਿੱਚ
ਸਗੋਸ਼ ਜਾਂ ਨਾਦੀ ਅਤੇ ਅਘੋਸ਼ ਜਾਂ ਨਾਦ ਰਹਿਤ। ਸੋ ਇਹਨਾਂ ਦੋ ਭਾਗਾਂ ਦੇ ਵਿੱਚ ਜਿਹੜਾ ਹੈ ਢਕਵੇਂ ਵਿਅੰਜਨ ਨੇ ਜਿਹੜੇ ਆਪਣੇ 15 ਉੱਪਰ ਆਪਾਂ ਡਿਸਕਸ ਕੀਤੇ ਨੇ, ਇਹਨਾਂ ਨੂੰ ਅੱਗੇ ਫਿਰ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਘੋਸ਼ਤਾ ਦੇ ਆਧਾਰ 'ਤੇ, ਸਗੋਸ਼ ਜਾਂ ਨਾਦੀ ਅਤੇ ਅਘੋਸ਼ ਜਾਂ ਨਾਦ ਰਹਿਤ ਵਿਅੰਜਨ। ਪ੍ਰਸ਼ਨ ਨੰਬਰ ਆਪਣਾ ਹੈ 66, ਅਘੋਸ਼ ਜਾਂ ਨਾਦ ਰਹਿਤ ਵਿਅੰਜਨ ਕਿਹੜੇ ਹਨ? ਤਾਂ ਇਹ ਹਨ ਜੀ, ਕੱਕਾ ਖੱਖਾ, ਚੱਚਾ ਛੱਛਾ, ਟੈਂਕਾ ਠੱਠਾ, ਤੱਤਾ ਥੱਥਾ ਅਤੇ ਪੱਪਾ ਫੱਫਾ। ਢਕਵੇਂ ਵਿਅੰਜਨਾਂ 'ਚੋਂ ਜਿਹੜੇ ਪਹਿਲੇ ਦੋ ਵਿਅੰਜਨ ਨੇ, ਸਿੰਪਲ ਤਰੀਕਾ ਯਾਦ ਕਰਨ ਦਾ, ਢਕਵੇਂ ਵਿਅੰਜਨ ਆਪਾਂ ਨੂੰ ਯਾਦ ਹੋ ਗਏ ਕਿ ਕ ਵਰਗ, ਚ ਵਰਗ, ਟ ਵਰਗ, ਤ ਵਰਗ ਅਤੇ ਪ ਵਰਗ ਦੇ ਪਹਿਲੇ ਤਿੰਨ ਤਿੰਨ ਅੱਖਰ ਢਕਵੇਂ ਵਿਅੰਜਨ ਨੇ, ਔਰ ਉਸ ਤੋਂ ਜਿਹੜੇ ਪਹਿਲੇ ਦੋ ਅੱਖਰ ਨੇ ਕੱਕਾ ਖੱਖਾ, ਚੱਚਾ ਛੱਛਾ, ਟੈਂਕਾ ਠੱਠਾ, ਤੱਤਾ ਥੱਥਾ ਅਤੇ ਪੱਪਾ ਫੱਫਾ, ਇਹ ਹਾਂਜੀ ਅਘੋਸ਼ ਇਹਨਾਂ ਨੂੰ ਕਹਿੰਦੇ ਨੇ ਜਾਂ ਨਾਦ ਰਹਿਤ ਵਿਅੰਜਨ। ਇਹ ਨੇ ਜੀ 10 ਜਿਹੜੇ ਵਿਅੰਜਨ ਨੇ ਉਹ ਨੇ ਨਾਦ ਰਹਿਤ, ਕੱਕਾ ਖੱਖਾ, ਚੱਚਾ ਛੱਛਾ, ਟੈਂਕਾ ਠੱਠਾ, ਤੱਤਾ ਥੱਥਾ ਅਤੇ ਪੱਪਾ। ਢਕਵੇਂ ਵਿਅੰਜਨਾਂ ਦੇ ਪਹਿਲੇ ਦੋ ਅੱਖਰ ਕ ਵਰਗ ਦੇ, ਚ ਵਰਗ ਦੇ, ਟ ਵਰਗ, ਤ ਵਰਗ ਅਤੇ ਪ ਵਰਗ ਦੇ। ਅੱਗੇ ਜੀ ਆਪਣਾ ਪ੍ਰਸ਼ਨ ਨੰਬਰ 67, ਸਗੋਸ਼ ਜਾਂ ਨਾਦੀ ਵਿਅੰਜਨ ਕਿਹੜੇ ਹਨ? ਅਘੋਸ਼ ਆਪਾਂ ਕਰ ਲਏ, ਸਗੋਸ਼ ਜਾਂ ਨਾਦੀ ਵਿਅੰਜਨ ਕਿਹੜੇ ਨੇ ਜੀ? ਗੱਗਾ, ਜੱਜਾ, ਡੱਡਾ, ਦੱਦਾ ਅਤੇ ਬੱਬਾ। ਇਸੇ ਲਾਈਨ 'ਤੇ ਆਪਾਂ ਵਾਪਸ ਚੱਲਦੇ ਹਾਂ ਜੀ, ਬਿਲਕੁਲ ਸਿੰਪਲ ਤਰੀਕਾ ਯਾਦ ਕਰਨ ਦਾ ਸੌਖਾ ਹੈ, ਅਘੋਸ਼ ਅਤੇ ਸਗੋਸ਼। ਪਹਿਲਾਂ ਆਪਾਂ ਅਘੋਸ਼ ਦੀ ਗੱਲ ਤਾਂ ਕੀਤੀ ਕਿਉਂਕਿ ਪਹਿਲੇ ਦੋ ਅੱਖਰ ਨੇ ਜਿਹੜੇ ਉਹ ਨੇ ਅਘੋਸ਼, ਅਤੇ ਲਾਸਟ ਵਾਲਾ ਜਿਹੜਾ ਇੱਕ ਇੱਕ ਅੱਖਰ ਬਚਦਾ ਹੈ ਢਕਵੇਂ ਵਿਅੰਜਨਾਂ ਦਾ, ਗੱਗਾ, ਜੱਜਾ, ਡੱਡਾ, ਦੱਦਾ ਅਤੇ ਬੱਬਾ, ਇਹ ਨੇ ਜੀ ਸਗੋਸ਼ ਢਕਵੇਂ ਵਿਅੰਜਨ। ਨੈਕਸਟ ਆਪਣਾ ਕੁਐਸਚਨ ਹੈ ਜੀ, ਪ੍ਰਾਣਤਾ ਦਾ ਸੰਬੰਧ ਕਿਸ ਨਾਲ ਹੈ? ਪ੍ਰਾਣਤਾ ਦੇ ਜਿਹੜਾ ਸੰਬੰਧ ਹੈ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਦੀ ਮਿਕਦਾਰ ਨਾਲ ਹੈ, ਕਿ ਕਿਸ ਤਰ੍ਹਾਂ ਔਰ ਕਿੰਨੀ ਹਵਾ ਜਿਹੜੀ ਬਾਹਰ ਆ ਰਹੀ। ਪ੍ਰਾਣਾਯਾਮ ਜਿਵੇਂ ਆਪਾਂ ਕਰਦੇ ਹਾਂ ਤਾਂ ਉਸੇ ਤਰ੍ਹਾਂ ਫੇਫੜਿਆਂ ਤੋਂ ਜਿਹੜੀ ਹਵਾ ਬਾਹਰ ਆਉਂਦੀ ਹੈ ਉਸ ਦੀ ਮਿਕਦਾਰ ਦਾ ਜਿਹੜਾ ਸੰਬੰਧ ਹੈ ਉਹ ਪ੍ਰਾਣਤਾ ਨਾਲ ਹੈ। ਪ੍ਰਸ਼ਨ ਨੰਬਰ ਆਪਣਾ 69 ਹੈ, ਪ੍ਰਾਣਤਾ ਦੇ ਆਧਾਰ 'ਤੇ ਢਕਵੇਂ ਵਿਅੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਤਾਂ ਪ੍ਰਾਣਤਾ ਦੇ ਆਧਾਰ 'ਤੇ ਜਿਹੜਾ ਢਕਵੇਂ ਵਿਅੰਜਨ ਨੂੰ ਫਿਰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਢਕਵੇਂ ਵਿਅੰਜਨ ਆਪਾਂ ਕਰ ਚੁੱਕੇ ਹਾਂ ਕਿ 15 ਨੇ, ਅਤੇ ਉਹ 15 ਨੂੰ ਪਹਿਲਾਂ ਤਾਂ ਵੰਡਿਆ ਗਿਆ ਹੈ ਅਘੋਸ਼ ਅਤੇ ਸਗੋਸ਼ ਦੇ ਆਧਾਰ 'ਤੇ, ਗੋਸ਼ਤਾ ਦੇ ਆਧਾਰ 'ਤੇ ਦੋ ਵਰਗਾਂ ਦੇ ਵਿੱਚ, ਉਸ ਤੋਂ ਬਾਅਦ ਵੰਡਿਆ ਗਿਆ ਜੀ ਪ੍ਰਾਣਤਾ ਦੇ ਆਧਾਰ 'ਤੇ ਦੋ ਵਰਗਾਂ ਦੇ ਵਿੱਚ। ਉਸ ਦੇ ਵਿੱਚ ਹੈ ਜੀ ਅਲਪ ਪ੍ਰਾਣ ਅਤੇ ਮਹਾਂਪ੍ਰਾਣ, ਦੋ ਭਾਗਾਂ ਦੇ ਵਿੱਚ ਪ੍ਰਾਣਤਾ ਦੇ ਆਧਾਰ 'ਤੇ ਢਕਵੇਂ ਵਿਅੰਜਨਾਂ ਨੂੰ ਫੇਰ ਵੰਡਿਆ ਗਿਆ ਹੈ ਅਲਪ ਪ੍ਰਾਣ ਅਤੇ ਮਹਾਂਪ੍ਰਾਣ ਵਿੱਚ। ਪ੍ਰਸ਼ਨ ਨੰਬਰ ਆਪਣਾ 70 ਹੈ ਜੀ, ਮਹਾਂਪ੍ਰਾਣ ਵਿਅੰਜਨ ਕਿਹੜੇ ਹਨ? ਤਾਂ ਇਸ ਤਰ੍ਹਾਂ ਉੱਤਰ ਹੈ ਜੀ ਖੱਖਾ, ਛੱਛਾ, ਠੱਠਾ, ਥੱਥਾ ਅਤੇ ਫੱਫਾ, ਇਹ ਨੇ ਮਹਾਂਪ੍ਰਾਣ ਵਿਅੰਜਨ। ਜੇ ਆਪਾਂ ਪਿੱਛੇ ਚੱਲੀਏ ਇਹਨਾਂ ਨੂੰ ਵੀ ਯਾਦ ਕਰਨ ਦਾ ਇੱਕ ਸੌਖਾ ਜਿਹਾ ਤਰੀਕਾ ਹੈ ਕਿ ਜਿਹੜੇ ਵਿਅੰਜਨ ਢਕਵੇਂ ਵਿਅੰਜਨਾਂ ਦੇ 15 ਦੇ ਵਿੱਚੋਂ ਸੈਂਟਰ ਦੇ ਵਿੱਚ ਆਉਂਦੇ ਨੇ, ਜਿਵੇਂ ਕੱਕੇ ਤੋਂ ਬਾਅਦ ਖੱਖਾ ਹੈ, ਦੋਨਾਂ ਦੇ ਜਿਹੜਾ ਵਿਚਕਾਰਲਾ ਵਿਅੰਜਨ ਹੈ ਜਿਵੇਂ ਖੱਖਾ, ਕੱਕਾ ਅਤੇ ਗੱਗੇ ਦੇ ਵਿਚਕਾਰ ਖੱਖਾ ਹੈ ਜੀ, ਚੱਚੇ ਅਤੇ ਜੱਜੇ ਦੇ ਵਿਚਕਾਰ ਛੱਛਾ, ਟੈਂਕੇ ਅਤੇ ਠੱਠੇ ਦੇ ਟੈਂਕੇ ਅਤੇ ਡੱਡੇ ਦੇ ਵਿਚਕਾਰ ਹੈ ਜੀ ਠੱਠਾ, ਤੱਤੇ ਅਤੇ ਦੱਦੇ ਦੇ ਵਿਚਕਾਰ ਥੱਥਾ, ਅਤੇ ਪੱਪੇ ਅਤੇ ਬੱਬੇ ਦੇ ਵਿਚਕਾਰ ਫੱਫਾ ਹੈ। ਇਹ ਜਿਹੜੇ ਵਿਚਕਾਰਲੇ ਵਿਅੰਜਨ ਨੇ ਇਹ ਹਨ ਜੀ ਮਹਾਂਪ੍ਰਾਣ, ਔਰ ਇਸ ਤੋਂ ਬਾਅਦ ਜਿਹੜੇ ਬਚਦੇ ਨੇ ਕੱਕਾ, ਗੱਗਾ, ਚੱਚਾ ਅਤੇ ਜੱਜਾ, ਟੈਂਕਾ ਅਤੇ ਡੱਡਾ, ਤੱਤਾ ਅਤੇ ਦੱਦਾ, ਪੱਪਾ ਅਤੇ ਬੱਬਾ, ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਅਲਪ ਪ੍ਰਾਣ। ਸੋ ਆਪਾਂ ਪ੍ਰਾਣਤਾ ਦੇ ਆਧਾਰ 'ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ। ਮਹਾਂਪ੍ਰਾਣ ਕਿਹੜੇ ਨੇ ਜੀ? ਢਕਵੇਂ ਵਿਅੰਜਨਾਂ ਦੇ ਜਿਹੜੇ ਵਿਚਕਾਰਲੇ ਅੱਖਰ ਨੇ ਖੱਖਾ, ਛੱਛਾ, ਡੱਡਾ, ਥੱਥਾ ਅਤੇ ਫੱਫਾ, ਇਹ ਹਨ ਜੀ ਮਹਾਂਪ੍ਰਾਣ ਵਿਅੰਜਨ। ਪ੍ਰਸ਼ਨ ਨੰਬਰ 71 ਹੈ ਜੀ, ਅਲਪ ਪ੍ਰਾਣ ਵਿਅੰਜਨ ਕਿਹੜੇ ਹਨ? ਤਾਂ ਇਸ ਦਾ ਉੱਤਰ ਹੈ ਜੀ ਕੱਕਾ, ਗੱਗਾ, ਆਪਾਂ ਜਿਵੇਂ ਕੀਤਾ ਸੀ ਕਿ ਵਿਚਕਾਰਲਿਆਂ ਨੂੰ ਆਪਾਂ ਸਾਈਡ 'ਤੇ ਕਰ ਦਈਏ, ਅਲਪ ਪ੍ਰਾਣ ਨਿਕਲ ਗਿਆ ਆਪਣੇ, ਤਾਂ ਪਿੱਛੇ ਜਿਹੜੇ ਵਿਅੰਜਨ ਬਚੇ, ਦੋ ਤਰੀਕੇ ਨੇ ਜੀ। ਇੱਕ ਤਾਂ ਆਪਾਂ ਇਹ ਯਾਦ ਰੱਖ ਸਕਦੇ ਹਾਂ ਕਿ ਜਿਹੜਾ ਵਿਚਕਾਰ ਵਾਲਾ ਵਿਅੰਜਨ ਹੈ ਉਹ ਮਹਾਂਪ੍ਰਾਣ ਹੈ ਢਕਵੇਂ ਵਿਅੰਜਨਾਂ ਦੇ ਵਿੱਚੋਂ, ਔਰ ਜਿਹੜਾ ਫਸਟ ਅਤੇ ਲਾਸਟ ਹੈ ਉਹ ਕੀ ਹੈ ਜੀ ਅਲਪ ਪ੍ਰਾਣ ਹੈ। ਔਰ ਦੂਜਾ ਕੀ ਤਰੀਕਾ ਹੈ ਕਿ ਆਪਾਂ ਇੱਕ ਚੀਜ਼ ਨੂੰ ਯਾਦ ਕਰ ਲਈਏ, ਜਿਵੇਂ ਆਪਾਂ ਮਹਾਂਪ੍ਰਾਣ ਆਪਾਂ ਨੂੰ ਯਾਦ ਹੋ ਗਏ, ਮਹਾਂਪ੍ਰਾਣ ਆਪਾਂ ਜਦੋਂ ਕੱਢ ਦਿਆਂਗੇ ਢਕਵੇਂ ਵਿਅੰਜਨਾਂ ਦੇ ਵਿੱਚੋਂ ਤਾਂ ਬਾਕੀ ਜਿਹੜੇ ਬਚਣਗੇ ਉਹ ਕੀ ਹਨ ਜੀ ਅਲਪ ਪ੍ਰਾਣ ਵਿਅੰਜਨ।
ਜ਼ਿਆਦਾ ਕਨਫਿਊਜ਼ ਹੋਣ ਵਾਲੀ ਇੱਥੇ ਹੈ ਨਹੀਂ ਇੰਨੀ ਗੱਲ, ਥੋੜ੍ਹਾ ਜਿਹਾ ਜਦੋਂ ਆਪਾਂ ਧਿਆਨ ਦੇਵਾਂਗੇ 15 ਦੇ 15 ਵਿਅੰਜਨ ਲਿਖ ਕੇ ਕਿ ਕਿਹੜੇ ਇਹਦੇ ਵਿੱਚੋਂ ਢਕਵੇਂ ਅਢਕਵੇਂ ਜਾਂ ਅਲਪ ਪ੍ਰਾਣ ਮਹਾਂਪ੍ਰਾਣ ਨੇ, ਤਾਂ ਆਪਾਂ ਹਰ ਤਰ੍ਹਾਂ ਦੇ ਕੁਸ਼ਚਨ ਦੇ ਜਿਹੜੇ ਆਂਸਰ ਨੇ ਉਹ ਦੇਣ ਦੇ ਯੋਗ ਹੋ ਜਾਵਾਂਗੇ। ਅੱਗੇ ਹੈ ਜੀ, ਅਢਕਵੇਂ ਵਿਅੰਜਨ ਕਿਹੜੇ ਹੁੰਦੇ ਹਨ? ਤਾਂ ਇਸਦਾ ਉੱਤਰ ਹੈ, ਅਢਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਨੂੰ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਨਹੀਂ ਪੈਂਦੀ। ਅਢਕਵੇਂ ਵਿਅੰਜਨਾਂ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਫੇਫੜਿਆਂ ਦੇ ਵਿੱਚੋਂ ਹਵਾ ਢਕਵੇਂ ਵਿਅੰਜਨ ਡੱਕ ਕੇ ਆਉਂਦੀ ਹੈ, ਰੁਕ ਕੇ ਆਉਂਦੀ ਹੈ, ਅਢਕਵੇਂ ਵਿਅੰਜਨ ਜਿਨ੍ਹਾਂ ਨੂੰ ਉਚਾਰਨ ਸਮੇਂ ਜਿਹੜੀ ਹਵਾ ਹੈ ਉਹ ਉਸਨੂੰ ਰੁਕਾਵਟ ਨਹੀਂ ਪੈਂਦੀ। ਅਢਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਨੂੰ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਨਹੀਂ ਪੈਂਦੀ। ਅੱਗੇ ਜੀ ਆਪਣਾ ਪ੍ਰਸ਼ਨ ਨੰਬਰ 73, ਇਹ ਜਿਹੜੀਆਂ ਥੱਲੇ ਕਿਸਮਾਂ ਆਉਣਗੀਆਂ ਇਹ ਢਕਵੇਂ ਵਿਅੰਜਨ ਅਢਕਵੇਂ ਜਿਹੜੇ ਵਿਅੰਜਨ ਨੇ ਉਹ ਨੇ, ਔਰ ਇਹਨਾਂ ਦੀਆਂ ਅੱਗੇ ਕਿਸਮਾਂ ਨੇ ਨਾਸਕੀ ਵਿਅੰਜਨ ਜਾਂ ਆਪਾਂ ਕਹਿ ਸਕਦੇ ਹਾਂ ਪਾਰਸ਼ਵਿਕ ਵਿਅੰਜਨ, ਫਟਕਵੇਂ ਵਿਅੰਜਨ, ਕਾਮਵੇਂ ਵਿਅੰਜਨ, ਅੱਧ ਸਵਰ ਵਿਅੰਜਨ ਨੇ ਜਿਹੜੇ, ਇਹ ਅਢਕਵੇਂ ਵਿਅੰਜਨ ਨੇ ਜਿਹੜੇ ਉਹਨਾਂ ਦੀਆਂ ਕਿਸਮਾਂ ਨੇ। ਢਕਵੇਂ ਵਿਅੰਜਨ ਜਦੋਂ ਆਪਾਂ ਕੱਢ ਦਾਂਗੇ ਬਾਕੀ ਜਿਹੜੇ ਬਚਣਗੇ ਉਹ ਅਢਕਵੇਂ ਵਿਅੰਜਨ ਨੇ। ਢਕਵੇਂ ਆਪਣੇ ਪਤਾ ਆਪਾਂ ਨੂੰ ਕਿ 15 ਨੇ, ਸਾਰਿਆਂ ਦੇ ਵਿੱਚੋਂ ਜਦੋਂ ਆਪਾਂ 15 ਮਾਈਨਸ ਕਰ ਦਾਂਗੇ ਤਾਂ ਬਾਕੀ ਜਿਹੜੇ ਬਚਦੇ ਅੱਖਰ ਨੇ ਉਹ ਸਾਰੇ ਅਢਕਵੇਂ ਨੇ। ਅਢਕਵੇਂ ਵਿਅੰਜਨਾਂ ਦੀਆਂ ਅੱਗੇ ਕਿਸਮਾਂ ਨੇ ਜੀ, ਜਿਵੇਂ ਨਾਸਕੀ ਵਿਅੰਜਨ ਕਿਹੜੇ ਹੁੰਦੇ ਹਨ? ਤਾਂ ਇਸਦਾ ਉੱਤਰ ਹੈ ਕਿ ਇਹਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਮੂੰਹ ਪੋਲ ਅਤੇ ਕੋਮਲ ਤਾਲੂ ਬੰਦ ਹੋਣ ਕਰਕੇ ਨੱਕ ਦੇ ਰਸਤੇ ਬਾਹਰ ਆਉਂਦੀ ਹੈ। ਯਾਨੀ ਕਿ ਜਿਹੜੇ ਨਾਸਕੀ ਵਿਅੰਜਨ ਨੇ ਉਹ ਅਢਕਵੇਂ ਵਿਅੰਜਨ ਹਨ, ਜਿਹਦੇ ਵਿੱਚ ਗੰਗਾ, ਨਿਆਂ, ਨਾਣਾ, ਨੰਨਾ ਅਤੇ ਮੰਮਾ ਹਨ। ਅੱਗੇ ਹੈ ਜੀ, ਸੰਘਰਸ਼ੀ ਵਿਅੰਜਨ ਕਿਹੜੇ ਹੁੰਦੇ ਹਨ? ਇਹਨਾਂ ਵਿਅੰਜਨਾਂ ਦੇ ਉਚਾਰਨ ਸਮੇਂ ਦੋ ਉਚਾਰਨ ਅੰਗ ਆਪਸ ਵਿੱਚ ਛੂੰਹਦੇ ਨਹੀਂ ਪਰ ਇੱਕ ਦੂਸਰੇ ਦੇ ਇੰਨੇ ਨੇੜੇ ਆ ਜਾਂਦੇ ਹਨ ਕਿ ਬਾਹਰ ਨੂੰ ਬਾਹਰ ਨੂੰ ਜਾਂਦਾ ਸਾਰ ਰਗੜ ਖਾ ਕੇ ਜਾਂ ਖਹਿ ਕੇ ਬਾਹਰ ਨਿਕਲਦਾ ਹੈ, ਹਵਾ ਹੌਲੀ ਹੌਲੀ ਬਾਹਰ ਨਿਕਲਦੀ ਹੈ, ਇਹਨਾਂ ਨੂੰ ਸੰਘਰਸ਼ੀ ਵਿਅੰਜਨ ਕਿਹਾ ਜਾਂਦਾ। ਸੋ ਇਹੋ ਜਿਹੇ ਵਿਅੰਜਨ ਨੇ ਜੀ ਜਿਨ੍ਹਾਂ ਦੇ ਉਚਾਰਨ ਦੇ ਸਮੇਂ ਦੋ ਜਿਹੜੇ ਉਚਾਰਨ ਅੰਗ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਟੱਚ ਤਾਂ ਨਹੀਂ ਕਰਦੇ, ਛੂੰਹਦੇ ਤਾਂ ਨਹੀਂ, ਪਰ ਇੰਨੇ ਕੁ ਨੇੜੇ ਆ ਜਾਂਦੇ ਨੇ ਕਿ ਜਿਹੜੀ ਬਾਹਰ ਜਾਂਦਾ ਸਾਹ ਹੈ, ਹਵਾ ਹੈ, ਉਹ ਰਗੜ ਖਾ ਕੇ ਜਾਂ ਖਹਿ ਕੇ ਹੌਲੀ ਹੌਲੀ ਜਿਹੜੀ ਉਹ ਬਾਹਰ ਨਿਕਲਦੀ ਹੈ। ਤਾਂ ਸੰਘਰਸ਼ੀ ਵਿਅੰਜਨ ਦੇ ਵਿੱਚ ਨੇ ਜੀ ਬਿੰਦੀ ਵਾਲੇ ਅੱਖਰ ਔਰ ਸੱਸਾ, ਜਿਵੇਂ ਫੱਫੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਸੱਸਾ, ਸੱਸੇ ਪੈਰ ਬਿੰਦੀ, ਘੱਗਾ ਅਤੇ ਗੱਗੇ ਪੈਰ ਬਿੰਦੀ, ਇਹ ਜਿਹੜੇ ਅੱਖਰ ਨੇ ਇਹ ਸੰਘਰਸ਼ੀ ਔਰ ਨਾਲ ਹੀ ਆਪਾਂ ਯਾਦ ਰੱਖਣਾ ਕਿ ਅਢਕਵੇਂ ਵਿਅੰਜਨ ਹਨ। ਨੈਕਸਟ ਹੈ ਜੀ, ਪਾਰਸ਼ਵਿਕ ਧੁਨੀਆਂ ਕਿਹੜੀਆਂ ਹਨ? ਤਾਂ ਇਸਦਾ ਉੱਤਰ ਹੈ, ਇਹਨਾਂ ਦੇ ਉਚਾਰਨ ਸਮੇਂ ਜੀਭ ਦੀ ਨੋਕ ਤਾਲੂ ਨਾਲ ਲੱਗਦੀ ਹੈ ਅਤੇ ਹਵਾ ਪਾਸਿਆਂ ਤੋਂ ਬਾਹਰ ਨਿਕਲਦੀ ਹੈ। ਪੰਜਾਬੀ ਵਿੱਚ ਲੱਲਾ ਦੰਤੀ ਅਤੇ ਲੱਲਾ ਪੈਰ ਬਿੰਦੀ ਜਿਹੜੀ ਉਲਟ ਜੁੱਬੀ, ਇਹ ਦੋਨੋਂ ਪਾਰਸ਼ਵਿਕ ਧੁਨੀਆਂ ਹਨ ਅਤੇ ਅਢਕਵੇਂ ਵਿਅੰਜਨ ਹਨ। ਸੋ ਇਸ ਤੋਂ ਥੱਲੇ ਆਪਾਂ ਜਿੰਨੇ ਵੀ ਕਰ ਰਹੇ ਹਾਂ ਅਢਕਵੇਂ ਵਿਅੰਜਨ ਨੇ ਜੀ। ਪ੍ਰਸ਼ਨ ਨੰਬਰ ਆਪਣਾ 76 ਹੈ ਜੀ, ਫੜਕਵੇਂ ਜਾਂ ਫਲੈਪ ਵਿਅੰਜਨ ਕਿਹੜਾ ਹੈ? ਇਹਨਾਂ ਦੇ ਉਚਾਰਨ ਸਮੇਂ ਜੀਭ ਤਾਲੂ ਨੂੰ ਛੂਹ ਕੇ ਫਿਰ ਝਟਕੇ ਨਾਲ ਹੇਠਾਂ ਆਉਂਦੀ ਹੈ। ਤੜਾੜਾ ਜਿਹੜਾ ਉਹ ਫੜਕਵਾਂ ਵਿਅੰਜਨ ਹੈ ਔਰ ਅਢਕਵਾਂ ਵੀ ਨਾਲ ਹੀ ਹੈ। ਪ੍ਰਸ਼ਨ ਨੰਬਰ ਆਪਣਾ 67 ਹੈ ਜੀ, ਕਾਂਬਵੇਂ ਜਾਂ ਟ੍ਰਿਲ ਵਿਅੰਜਨ ਕਿਹੜੇ ਹਨ? ਇਹਨਾਂ ਦੇ ਉਚਾਰਨ ਸਮੇਂ ਜੀਭ ਦੀ ਨੋਕ ਬੁੱਲ ਨੂੰ ਝਟਾਝਟ 2-3 ਵਾਰ ਛੂੰਹਦੀ ਹੈ ਅਤੇ ਕੰਬਾਟ ਹੁੰਦੀ ਹੈ। ਤਾਂ ਇਹ ਜਿਹੜਾ ਟ੍ਰਿਲ ਵਿਅੰਜਨ ਕਿਹੜਾ ਹੈ? ਇਹ ਹੈ ਜੀ ਰਾਰਾ, ਜਿਹਨੂੰ ਕਾਂਬਵਾਂ ਜਾਂ ਟ੍ਰਿਲ ਵਿਅੰਜਨ ਕਿਹਾ ਜਾਂਦਾ। ਪ੍ਰਸ਼ਨ ਨੰਬਰ 78 ਹੈ ਜੀ, ਅੱਧ ਸਵਰ ਵਿਅੰਜਨ ਕਿਹੜੇ ਹਨ? ਇਹ ਸੰਘਰਸ਼ੀ ਧੁਨੀਆਂ ਅਤੇ ਸਵਰ ਦੇ ਵਿਚਾਲੇ ਦੀਆਂ ਧੁਨੀਆਂ ਹਨ। ਸੋ ਸੰਘਰਸ਼ੀ ਧੁਨੀਆਂ ਅਤੇ ਸਵਰ ਦੇ ਵਿਚਾਲੇ ਦੀਆਂ, ਨਾ ਇਹ ਪੂਰੀ ਤਰ੍ਹਾਂ ਸਵਰ ਨੇ ਨਾ ਪੂਰੀ ਤਰ੍ਹਾਂ ਇਹ ਸੰਘਰਸ਼ੀ ਧੁਨੀਆਂ ਨੇ, ਇਹਨਾਂ ਨੂੰ ਜਿਹੜਾ ਹੈ ਅੱਧ ਸਵਰ ਕਿਹਾ ਜਾਂਦਾ ਹੈ। ਔਰ ਇਹ ਹੈ ਜੀ ਯਾਇਆ ਅਤੇ ਵਵਾ, ਯਈਆ ਅਤੇ ਵਵਾ ਜਿਹੜੇ ਨੇ ਉਹ ਅੱਧ ਸਵਰ ਵਿਅੰਜਨ ਹਨ ਔਰ ਇਸ ਦੇ ਨਾਲ ਹੀ ਇਹ ਅਢਕਵੇਂ ਵਿਅੰਜਨ ਵੀ ਹਨ। ਸੋ ਇਹ ਸੀ ਜੀ ਪਾਰਟ 4 ਦੇ ਵਿੱਚ ਇੰਪੋਰਟੈਂਟ ਕੁਸ਼ਚਨ, ਜਿਨ੍ਹਾਂ ਦੇ ਵਿੱਚੋਂ ਅਕਸਰ ਐਗਜ਼ਾਮ ਦੇ ਵਿੱਚ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਜਾਂਦੇ ਨੇ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਨਾ, ਜਿਸ ਨਾਲ ਕਿ ਆਉਣ ਵਾਲੀ ਅਪਡੇਟ ਜਿਹੜੀ ਹੈ ਤੁਹਾਨੂੰ ਮਿਲਦੀ ਰਹੇ। ਕੋਈ ਵੀ ਜਿਹੜੀ ਹੈ, ਕੋਈ ਵੀ ਟੀਚਰ ਬੇਸ ਨਿਊਜ਼ ਹੈ, ਟੈਟ ਦੀ ਨਿਊਜ਼ ਹੈ ਔਰ ਪੋਸਟਾਂ ਵਗੈਰਾ ਟੀਚਰ ਦੀਆਂ ਕਦੋਂ ਨਿਕਲਣਗੀਆਂ, ਕਦੋਂ
ਆਉਣਗੀਆਂ, ਜੋ ਵੀ ਇਨਫੋਰਮੇਸ਼ਨ ਇਸ ਸੰਬੰਧੀ ਹੋਏਗੀ ਉਹ ਜਿਹੜੀ ਹੈ ਤੁਹਾਨੂੰ ਨਾਲ ਦੀ ਨਾਲ ਹੀ ਸਾਡੇ ਚੈਨਲ ਦੇ ਉੱਪਰ ਅਪਡੇਟ ਮਿਲ ਜਾਏਗੀ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।